ਤੁਸੀਂ ਇੰਨੀਆਂ ਜ਼ਮੀਨਾਂ ਖੋ ਕੇ ਅਕਵਾਇਰ ਕਰਕੇ ਅੰਤਰਰਾਸ਼ਟਰੀ ਹਵਾਈ ਅੱਡੇ ਬਣਾ ਲਏ। ਅੱਧਾ ਪੰਜਾਬ ਆ ਜਿਹੜਾ ਸਮਾਨ ਚੁੜਿਆ ਫਿਰਦਾ। ਉਹ ਕਹਿੰਦਾ 1966 'ਚ ਤੁਸੀਂ ਚੰਡੀਗੜ੍ਹ ਅੱਡ ਰੱਖਿਆ ਸੀ ਪੰਜਾਬ ਨਾਲੋਂ, ਉਹ ਤਾਂ ਅੱਜ ਤੱਕ ਦਿੱਤਾ ਨਹੀਂ। ਮਤਲਬ ਇਹ ਪੰਜਾਬ ਪੰਜਾਬ ਦੇ ਸਿਆਸਤਦਾਨਾਂ ਦੇ ਮੂੰਹ 'ਤੇ ਚਪੇੜਨੀ ਵੀ ਇਹ ਰਲੇ ਹੋਏ ਨੇ ਨਾਲ। ਪੰਜਾਬ ਦੇ ਵਿੱਚ ਪਾਰਟੀ 92 MLA ਆਏ ਨੇ, ਉਹਨਾਂ ਦੇ ਵੀ ਅੱਗੇ ਹੋਰ ਵੀ ਸਟਰਕਚਰ ਥੋੜ੍ਹਾ ਬਹੁਤਾ ਤਾਂ ਹੈਗਾ ਹੀ ਆ ਪਾਰਟੀ ਦਾ, ਤਾਂ ਇਹਨਾਂ ਦੇ ਵੱਲੋਂ ਕੋਈ ਆਵਾਜ਼ ਹੁਣ ਤੱਕ ਕਿਉਂ ਨਹੀਂ ਉੱਠੀ? ਮੈਂ ਕਹਿੰਦਾ ਰਾਜ ਸਭਾ ਮੈਂਬਰ ਆ ਜੀ, ਉਹਨਾਂ ਦੀ ਕੀ ਆਵਾਜ਼? ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚ ਚੋਣ ਏਜੰਡਾ ਕੀ ਹੋ? ਇੱਕ ਤਾਂ ਆਲ ਇੰਡੀਆ ਦਾ ਚੋਣ ਏਜੰਡਾ ਹੋ, ਪਰ ਕੁਛ ਪੰਜਾਬ ਦੇ ਵੀ ਮਸਲੇ ਆ ਨਾ ਜੀ। ਮਤਲਬ ਹੁਣ ਜੇ ਚੰਡੀਗੜ੍ਹ ਬਾਰੇ ਸੁਪਰੀਮ ਕੋਰਟ ਦਾ ਮੁੱਖ ਜੱਜ ਟਿੱਪਣੀ ਕਰਦਾ, ਵਿਅੰਗ ਕਰਦਾ ਜਦੋਂ ਜੰਮੂ ਕਸ਼ਮੀਰ ਬਾਰੇ ਕਹਿੰਦੇ ਸਥਾਈ ਰੁਤਬਾ ਨਹੀਂ, ਉਹ ਕਹਿੰਦਾ 1966 'ਚ ਤੁਸੀਂ ਚੰਡੀਗੜ੍ਹ ਅੱਡ ਰੱਖਿਆ ਸੀ ਪੰਜਾਬ ਨਾਲੋਂ, ਉਹ ਤਾਂ ਅੱਜ ਤੱਕ ਦਿੱਤਾ ਨਹੀਂ। ਮਤਲਬ ਇਹ ਪੰਜਾਬ ਪੰਜਾਬ ਦੇ ਸਿਆਸਤਦਾਨਾਂ ਦੇ ਮੂੰਹ 'ਤੇ ਚਪੇੜਨੀ ਵੀ ਇਹ ਰਲੇ ਹੋਏ ਨੇ ਨਾਲ। ਇਹਨਾਂ ਨੇ ਮਸਲੇ ਕੀ ਵਾਹਗਾ ਬਾਰਡਰ ਖੋਲ੍ਹਣਾ, ਇਹ ਤਾਂ ਕੇਂਦਰ ਸਰਕਾਰ ਨੇ ਫੈਸਲਾ ਕਰਨਾ। ਕੀ ਪੰਜਾਬ ਦੀ ਲੋਕ ਸਭਾ ਦਾ ਏਜੰਡਾ ਨਹੀਂ ਬਣਨਾ ਚਾਹੀਦਾ ਇਹ? ਤੁਸੀਂ ਇੰਨੀਆਂ ਜ਼ਮੀਨਾਂ ਖੋ ਕੇ ਅਕਵਾਇਰ ਕਰਕੇ ਅੰਤਰਰਾਸ਼ਟਰੀ ਹਵਾਈ ਅੱਡੇ ਬਣਾ ਲਏ। ਅੱਧਾ ਪੰਜਾਬ ਆ ਜਿਹੜਾ ਸਮਾਨ ਚੁੜਿਆ ਫਿਰਦਾ। ਕੀ ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਉੱਡਣ, ਇਹ ਲੋਕ ਸਭਾ ਦਾ ਏਜੰਡਾ ਨਹੀਂ ਬਣਨਾ ਚਾਹੀਦਾ? ਤੁਸੀਂ ਇੱਥੇ ਹਰਾ ਇਨਕਲਾਬ ਲਾਗੂ ਕੀਤਾ, ਅਰਬਾਂ ਖਰਬਾਂ ਰੁਪਏ ਸਹਾਇਤਾ ਦਿੱਤੀ। ਕੀ ਖੇਤੀ ਮਾਡਲ ਬਦਲਣ ਲਈ ਕੇਂਦਰ ਸਰਕਾਰ ਸਹਾਇਤਾ ਦੇਵੇ ਜਿਵੇਂ ਹਰਾ ਇਨਕਲਾਬ ਸ਼ੁਰੂ ਕਰਨ ਲਈ ਦਿੱਤੀ ਸੀ? ਕੀ ਇਹ ਪੰਜਾਬ ਦਾ ਏਜੰਡਾ ਨਹੀਂ ਬਣਦਾ? ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਏਜੰਡੇ ਨੇ, ਚਾਹੇ ਉਹ ਚੰਡੀਗੜ੍ਹ ਹੋਵੇ, ਉਹ ਪਾਰਟੀ ਨੂੰ ਬਣਾਉਣਾ ਚਾਹੀਦਾ। ਕਿਵੇਂ ਬਣਾਉਣਗੀਆਂ, ਕੀ ਬਣਾਉਣਗੀਆਂ, ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ। ਨਵੀਂ ਪਾਰਟੀ ਤੋਂ ਉੱਭਰਨ ਵਾਲੀ ਮੈਨੂੰ ਕੋਈ ਲੱਗਦੀ ਨਹੀਂ। ਮੈਨੂੰ ਇਹ ਲੱਗਦਾ ਜਿਵੇਂ ਕਾਂਗਰਸ ਵਾਲੇ ਲਿੱਚ ਗੜੀਚੀਆਂ ਮਾਰ ਰਹੇ ਆ ਨਾ, ਕਿਤੇ ਉਹ ਨਵਜੋਤ ਸਿੰਘ ਸਿੱਧੂ ਨੂੰ, ਕਿਉਂਕਿ ਉਹ ਤਾਂ ਪੂਰੀ ਤਰ੍ਹਾਂ ਹੱਕ 'ਚ ਅਲਾਇੰਸ ਦੇ। ਉਹਨੇ ਕਿਹਾ ਵੀ ਠੀਕ ਆ, ਜੇ ਸੀਟਾਂ ਦੀ ਵੰਡ ਹੁੰਦੀ ਹੈ ਲੋਕ ਸਭਾ ਦੀ ਹੋਣ ਦੇ, ਚਾਹੇ ਉਹ ਪੰਜਾਬ ਫੋਕਸ ਆ, ਉਹਨੇ ਲੋਕ ਸਭਾ ਦੀ ਚੋਣ ਨਹੀਂ ਲੜਨੀ। ਕਿਤੇ ਇਹ ਮਤਲਬ ਜਿਵੇਂ ਕਹਿੰਦੇ ਹੁੰਦੇ ਬਾਹਲੀ ਖਾਂਦੇ ਖਾਂਦੇ ਅੱਧੀ ਤੋਂ ਬਿਨਾਂ ਜਾਣ ਕਾਂਗਰਸੀ, ਮਤਲਬ ਸਿਆਸਤ ਆ ਜੀ। ਇਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਨੇ, ਦੇਖਾਂਗੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਪੰਜਾਬ ਦੇ ਵਿੱਚ ਪਾਰਟੀ 92 MLA ਆਏ ਨੇ, ਉਹਨਾਂ ਦੇ ਵੀ ਅੱਗੇ ਹੋਰ ਵੀ ਸਟਰਕਚਰ ਥੋੜ੍ਹਾ ਬਹੁਤਾ ਤਾਂ ਹੈਗਾ ਹੀ ਆ ਪਾਰਟੀ ਦਾ, ਤਾਂ ਇਹਨਾਂ ਦੇ ਵੱਲੋਂ ਕੋਈ ਆਵਾਜ਼ ਹੁਣ ਤੱਕ ਕਿਉਂ ਨਹੀਂ ਉੱਠੀ? ਮੈਂ ਕਹਿੰਦਾ ਰਾਜ ਸਭਾ ਮੈਂਬਰ ਆ ਜੀ, ਉਹਨਾਂ ਦੀ ਕੀ ਆਵਾਜ਼? ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚ ਚੋਣ ਏਜੰਡਾ ਕੀ ਹੋ? ਇੱਕ ਤਾਂ ਆਲ ਇੰਡੀਆ ਦਾ ਚੋਣ ਏਜੰਡਾ ਹੋ, ਪਰ ਕੁਛ ਪੰਜਾਬ ਦੇ ਵੀ ਮਸਲੇ ਆ ਨਾ ਜੀ। ਮਤਲਬ ਹੁਣ ਜੇ ਚੰਡੀਗੜ੍ਹ ਬਾਰੇ ਸੁਪਰੀਮ ਕੋਰਟ ਦਾ ਮੁੱਖ ਜੱਜ ਟਿੱਪਣੀ ਕਰਦਾ, ਵਿਅੰਗ ਕਰਦਾ ਜਦੋਂ ਜੰਮੂ ਕਸ਼ਮੀਰ ਬਾਰੇ ਕਹਿੰਦੇ ਸਥਾਈ ਰੁਤਬਾ ਨਹੀਂ, ਉਹ ਕਹਿੰਦਾ 1966 'ਚ ਤੁਸੀਂ ਚੰਡੀਗੜ੍ਹ ਅੱਡ ਰੱਖਿਆ ਸੀ ਪੰਜਾਬ ਨਾਲੋਂ, ਉਹ ਤਾਂ ਅੱਜ ਤੱਕ ਦਿੱਤਾ ਨਹੀਂ। ਮਤਲਬ ਇਹ ਪੰਜਾਬ ਪੰਜਾਬ ਦੇ ਸਿਆਸਤਦਾਨਾਂ ਦੇ ਮੂੰਹ 'ਤੇ ਚਪੇੜਨੀ ਵੀ ਇਹ ਰਲੇ ਹੋਏ ਨੇ ਨਾਲ। ਇਹਨਾਂ ਨੇ ਮਸਲੇ ਕੀ ਵਾਹਗਾ ਬਾਰਡਰ ਖੋਲ੍ਹਣਾ, ਇਹ ਤਾਂ ਕੇਂਦਰ ਸਰਕਾਰ ਨੇ ਫੈਸਲਾ ਕਰਨਾ। ਕੀ ਪੰਜਾਬ ਦੀ ਲੋਕ ਸਭਾ ਦਾ ਏਜੰਡਾ ਨਹੀਂ ਬਣਨਾ ਚਾਹੀਦਾ ਇਹ? ਤੁਸੀਂ ਇੰਨੀਆਂ ਜ਼ਮੀਨਾਂ ਖੋ ਕੇ ਅਕਵਾਇਰ ਕਰਕੇ ਅੰਤਰਰਾਸ਼ਟਰੀ ਹਵਾਈ ਅੱਡੇ ਬਣਾ ਲਏ। ਅੱਧਾ ਪੰਜਾਬ ਆ ਜਿਹੜਾ ਸਮਾਨ ਚੁੜਿਆ ਫਿਰਦਾ। ਕੀ ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਉੱਡਣ, ਇਹ ਲੋਕ ਸਭਾ ਦਾ ਏਜੰਡਾ ਨਹੀਂ ਬਣਨਾ ਚਾਹੀਦਾ? ਤੁਸੀਂ ਇੱਥੇ ਹਰਾ ਇਨਕਲਾਬ ਲਾਗੂ ਕੀਤਾ, ਅਰਬਾਂ ਖਰਬਾਂ ਰੁਪਏ ਸਹਾਇਤਾ ਦਿੱਤੀ। ਕੀ ਖੇਤੀ ਮਾਡਲ ਬਦਲਣ ਲਈ ਕੇਂਦਰ ਸਰਕਾਰ ਸਹਾਇਤਾ ਦੇਵੇ ਜਿਵੇਂ ਹਰਾ ਇਨਕਲਾਬ ਸ਼ੁਰੂ ਕਰਨ ਲਈ ਦਿੱਤੀ ਸੀ? ਕੀ ਇਹ ਪੰਜਾਬ ਦਾ ਏਜੰਡਾ ਨਹੀਂ ਬਣਦਾ? ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਏਜੰਡੇ ਨੇ, ਚਾਹੇ ਉਹ ਚੰਡੀਗੜ੍ਹ ਹੋਵੇ, ਉਹ ਪਾਰਟੀ ਨੂੰ ਬਣਾਉਣਾ ਚਾਹੀਦਾ। ਕਿਵੇਂ ਬਣਾਉਣਗੀਆਂ, ਕੀ ਬਣਾਉਣਗੀਆਂ, ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ। ਨਵੀਂ ਪਾਰਟੀ ਤੋਂ ਉੱਭਰਨ ਵਾਲੀ ਮੈਨੂੰ ਕੋਈ ਲੱਗਦੀ ਨਹੀਂ। ਮੈਨੂੰ ਇਹ ਲੱਗਦਾ ਜਿਵੇਂ ਕਾਂਗਰਸ ਵਾਲੇ ਲਿੱਚ ਗੜੀਚੀਆਂ ਮਾਰ ਰਹੇ ਆ ਨਾ, ਕਿਤੇ ਉਹ ਨਵਜੋਤ ਸਿੰਘ ਸਿੱਧੂ ਨੂੰ, ਕਿਉਂਕਿ ਉਹ ਤਾਂ ਪੂਰੀ ਤਰ੍ਹਾਂ ਹੱਕ 'ਚ ਅਲਾਇੰਸ ਦੇ। ਉਹਨੇ ਕਿਹਾ ਵੀ ਠੀਕ ਆ, ਜੇ ਸੀਟਾਂ ਦੀ ਵੰਡ ਹੁੰਦੀ ਹੈ ਲੋਕ ਸਭਾ ਦੀ ਹੋਣ ਦੇ, ਚਾਹੇ ਉਹ ਪੰਜਾਬ ਫੋਕਸ ਆ, ਉਹਨੇ ਲੋਕ ਸਭਾ ਦੀ ਚੋਣ ਨਹੀਂ ਲੜਨੀ। ਕਿਤੇ ਇਹ ਮਤਲਬ ਜਿਵੇਂ ਕਹਿੰਦੇ ਹੁੰਦੇ ਬਾਹਲੀ ਖਾਂਦੇ ਖਾਂਦੇ ਅੱਧੀ ਤੋਂ ਬਿਨਾਂ ਜਾਣ ਕਾਂਗਰਸੀ, ਮਤਲਬ ਸਿਆਸਤ ਆ ਜੀ। ਇਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਨੇ, ਦੇਖਾਂਗੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ।